ਟਰਾਲੀ ਦੇ ਪਿੱਛੋਂ ਗੱਡੀ ਕਾਫੀ ਲੱਗੀ ਹੈ, ਟਰਾਲੀ ਵੀ ਪਾਟ ਗਈ ਹੈ। ਉਸ ਤੋਂ ਬਾਅਦ ਡਰਾਈਵਰ ਨੇ ਕੱਟ ਮਾਰਿਆ, ਬੱਸ ਥੱਲੇ ਆ ਗਈ ਪੁਲ ਤੋਂ, ਅੰਧੇਰਾ ਸੀ ਜਾਣੀ। ਅੱਛਾ ਜੀ। ਉਸ ਦੀ ਵਜ੍ਹਾ ਕਾਰਨ ਟਰੈਕਟਰ ਦਿਸਿਆ ਨਹੀਂ, ਸਿੱਧੀ ਮਗਰੋਂ ਟੱਕਰ ਲੱਗੀ। ਟਰੈਕਟਰ ਖੜਾ ਸੀ ਨੀਚੇ ਅਤੇ ਬੱਸ ਉੱਤੇ ਪਲਟ ਕੇ ਆਈ ਹੈ, ਟਰੈਕਟਰ ਪੁਲ ਤੋਂ ਥੱਲੇ ਗਿਰੀ ਹੈ। ਬੱਸ ਦੇ ਸਾਡਾ ਕੋਈ ਆਇਆ ਨਹੀਂ, ਕੇਸ ਇਹ ਹੀ ਆਇਆ, ਟਰੈਕਟਰ ਵਾਲੇ ਟਰੈਕਟਰ ਬੈਠੇ ਸੀਗੇ ਅਤੇ ਇਹਨਾਂ ਜੁੱਟਣ ਲੱਗੀ। ਬ੍ਰਿਜ ਉੱਤੇ ਟਰੈਕਟਰ ਟਰਾਲੀ ਖੜਾ ਸੀ ਅਤੇ ਪਿੱਛੋਂ ਆਈ ਬੱਸ, PRTC ਦੀ ਇਸ ਬੱਸ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰੀ ਅਤੇ ਫਿਰ ਬ੍ਰਿਜ ਤੋਂ ਹੇਠਾਂ ਡਿੱਗ ਗਈ। ਇਹ ਹਾਦਸਾ ਬੇਹੱਦ ਭਿਆਨਕ ਹੈ। ਅਬੋਹਰ ਦੇ ਮਲੋਟ ਰੋਡ 'ਤੇ ਹਾਦਸਾ ਪੇਸ਼ ਆਇਆ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਬੱਸ ਦੇ ਵਿੱਚ ਜੋ ਸਵਾਰੀਆਂ ਸਵਾਰ ਸਨ ਉਹਨਾਂ ਨੂੰ ਕੋਈ ਬਹੁਤੀ ਸੱਟ ਨਹੀਂ ਵੱਜੀ। ਹਾਲਾਂਕਿ ਟਰੈਕਟਰ 'ਤੇ ਜੋ ਲੋਕ ਸਵਾਰ ਸਨ ਉਹਨਾਂ ਨੂੰ ਸੱਟਾਂ ਲੱਗੀਆਂ, ਹਸਪਤਾਲ ਉਹਨਾਂ ਨੂੰ ਪਹੁੰਚਾਇਆ ਗਿਆ। ਅਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿੰਨੀਆਂ ਭਿਆਨਕ ਨੇ। ਇਹ ਹਾਦਸਾ ਸਵੇਰੇ 5 ਵਜੇ ਦੇ ਕਰੀਬ ਵਾਪਰਿਆ ਅਜਿਹਾ ਦੱਸਿਆ ਜਾ ਰਿਹਾ। ਅਤੇ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਬੁਰੀ ਤਰ੍ਹਾਂ ਨਾਲ ਭੰਨਿਆ ਗਿਆ। PRTC ਦੀ ਬੱਸ ਵੀ ਅੱਗੋਂ ਭੰਨੀ ਗਈ ਹੈ। ਬੱਸ ਅਬੋਹਰ ਤੋਂ ਚੰਡੀਗੜ੍ਹ ਵਾਲੇ ਪਾਸੇ ਜਾ ਰਹੀ ਸੀ, ਪਰ ਜਿਵੇਂ ਮਲੋਟ ਰੋਡ 'ਤੇ ਗੋਬਿੰਦਗੜ੍ਹ ਨੇੜੇ ਪਹੁੰਚੀ ਤਾਂ ਹਾਦਸਾ ਪੇਸ਼ ਆ ਗਿਆ। ਪੁਲ ਦੇ ਹੇਠ ਇਹ ਬੱਸ ਹੈ ਜਿਹੜੀ ਉਹ ਡਿੱਗ ਗਈ ਅਤੇ ਫਿਰ ਬੁਰੀ ਤਰ੍ਹਾਂ ਨਾਲ ਭੰਨੀ ਗਈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਕਿਸੇ ਨੂੰ ਬਹੁਤੀ ਸੱਟ ਨਹੀਂ ਵੱਜੀ। ਗੇਟ ਲਾਈਟਾਂ ਬੰਦ ਹੋ ਗਈਆਂ ਬੱਸ ਦੀਆਂ। ਅੱਛਾ ਜੀ। ਉਹ ਨਜ਼ਰ ਦੁਬਾਰੇ ਜਗਾਈਆਂ ਤੋਂ ਜਗ ਪਈਆਂ। ਉਸ ਤੋਂ ਬਾਅਦ ਉੱਥੇ ਨੇੜੇ ਆ ਗਏ ਅਤੇ ਉੱਥੇ ਆ ਕੇ ਫਿਰ ਪੁੱਜ ਗਈਆਂ। ਟਰਾਲੀ ਜਾ ਰਹੀ ਸੀ ਅੱਗੇ, ਉਹਦੇ ਮਗਰ ਕੋਈ ਲੈਟ ਨਹੀਂ, ਕੋਈ ਬੱਤੀ ਨਹੀਂ, ਉਹ ਦਿਸੀ ਨਹੀਂ। ਠੀਕ ਹੈ। ਬਾਕੀ ਆ ਖੰਬੇ ਦੀਆਂ ਲਾਈਟਾਂ ਵੇਖ ਕੇ ਜਗਦੀਆਂ ਰਹਿੰਦੀਆਂ ਵੀ, ਅੱਜ ਰਾਤ ਬੰਦ ਕਰਕੇ ਬੰਦ ਸੀਗੀਆਂ। ਅੱਛਾ। ਬੰਦ ਜਾਗ ਨਹੀਂ ਰਹੀ ਸੀ, ਅੰਧੇਰਾ ਸੀ ਜਾਣੀ। ਅੱਛਾ ਜੀ। ਉਸ ਦੀ ਵਜ੍ਹਾ ਕਾਰਨ ਟਰੈਕਟਰ ਦਿਸਿਆ ਨਹੀਂ, ਸਿੱਧੀ ਮਗਰੋਂ ਟੱਕਰ ਲੱਗੀ। ਕਿੰਨੇ ਕੁ ਬੰਦੇ ਸਵਾਰ ਸੀਗੇ ਆਪਣੇ? 15-16 ਸਵਾਰੀਆਂ ਸੀਗੀਆਂ ਜੀ। ਅਤੇ ਸਵਾਰੀਆਂ ਠੀਕ ਨੇ ਸਾਰੀਆਂ? ਸਾਰੀਆਂ ਸੇਫ ਨੇ। ਅੱਡ ਲਾਈਟਾਂ ਬੰਦ ਹੋ ਗਈਆਂ ਅਤੇ ਪਿੱਛੋਂ ਟਰਾਲੀ ਦੇ ਵਿੱਚ ਵੱਜੀ ਹੈ ਜੀ ਬੱਸ। ਅੱਛਾ ਅੱਛਾ। ਅਤੇ ਉਸ ਤੋਂ ਬਾਅਦ ਡਰਾਈਵਰ ਨੇ ਕੱਟ ਮਾਰਿਆ, ਮੰਨ ਲਓ ਟਰਾਲੀ ਨੂੰ ਬਚਾਉਣ ਕਰਕੇ। ਟਰਾਲੀ ਉਹਦੇ ਥੱਲੋਂ, ਟਰਾਲੀ ਦੇ ਪਿੱਛੋਂ ਗੱਡੀ ਕਾਫੀ ਲੱਗੀ ਹੈ, ਟਰਾਲੀ ਵੀ ਪਾਟ ਗਈ ਹੈ। ਉਸ ਤੋਂ ਬਾਅਦ ਡਰਾਈਵਰ ਨੇ ਕੱਟ ਮਾਰਿਆ, ਬੱਸ ਥੱਲੇ ਆ ਗਈ ਪੁਲ ਤੋਂ। ਹਾਂਜੀ। ਕੌਣ ਗਾਇਲ ਹੋਇਆ, ਕਿੰਨੇ ਕੁ ਜਣੇ ਗਾਇਲ ਹੋਏ? ਜਿਹੜੇ ਟਰੈਕਟਰ ਵਾਲੇ ਨੇ ਮੁੰਡਾ, ਇਹ ਕਨੈਕਟਰ ਖੜਾ ਬੱਸ ਦੇ ਨਾਲ, ਇਹ ਕਨੈਕਟਰ ਸੀ, ਇਹਦੇ ਤਾਂ ਸੱਟ ਹੈ ਨਹੀਂ ਗੀ, ਨਾ ਹੀ ਡਰਾਈਵਰ ਦੇ। ਜਿਹੜਾ ਬੱਸ ਦਾ ਡਰਾਈਵਰ ਸੀ ਉਹਦੇ ਮਾਮੂਲੀ ਜਿੱਥੇ ਰਗੜ ਹੈ, ਮਾਮੂਲੀ ਜੀ ਗੋਡੇ ਦੇ ਆ। ਬਾਕੀ ਜਿਹੜੇ ਟਰੈਕਟਰ ਦੇ ਡਰਾਈਵਰ ਸੀ ਅਤੇ ਟਰੈਕਟਰ ਦੇ ਨਾਲ ਇੱਕ ਮੁੰਡਾ ਸੀ, ਉਹਨਾਂ ਦੇ ਸੱਟਾਂ ਕਾਫੀ ਨੇ। ਇੱਕ ਤਾਂ ਥੋੜ੍ਹਾ ਜਿਹਾ ਠੀਕ ਸੀ, ਇੱਕ ਥੋੜ੍ਹਾ ਜਿਹਾ ਜ਼ਿਆਦਾ ਸੀ। ਮੰਨ ਲਓ ਸਾਡੇ ਕੋਲ ਫਿਲਹਾਲ ਤਾਂ 2 ਆਏ ਪੇਸ਼ੈਂਟ, ਇੱਕ ਦੀ ਹਾਲਤ ਵੀ ਸੀਰੀਅਸ ਹੈ ਅਤੇ ਇੱਕ ਤਾਂ ਸਹੀ ਹੈ। ਕਿਵੇਂ ਹਾਦਸਾ ਕੁਛ ਪਤਾ ਲੱਗਦਾ, ਕਿਵੇਂ ਹੋਇਆ ਜੀ? ਇਹ ਕੋਈ ਕਹਿ ਰਹੇ ਹੈ ਕਿ ਜੋ ਬੱਸ, ਕਿ ਟਰੈਕਟਰ ਖੜਾ ਸੀ ਨੀਚੇ ਅਤੇ ਬੱਸ ਉੱਤੇ ਪਲਟ ਕੇ ਆਈ ਹੈ, ਟਰੈਕਟਰ ਪੁਲ ਤੋਂ ਥੱਲੇ ਗਿਰੀ ਹੈ। ਅੱਛਾ ਜੀ। ਅਤੇ ਬੱਸ ਦੇ ਸਾਡਾ ਕੋਈ ਆਇਆ ਨਹੀਂ, ਕੇਸ ਇਹ ਹੀ ਆਇਆ, ਟਰੈਕਟਰ ਵਾਲੇ ਟਰੈਕਟਰ ਬੈਠੇ ਸੀਗੇ ਅਤੇ ਇਹਨਾਂ ਜੁੱਟਣ ਲੱਗੀ। ਟੇਕਨ ਨੇ ਕੋਈ ਹਾਲਤ ਗੰਭੀਰ ਹੈ ਇੱਕ ਲੜਕੇ ਦੀ? ਕਿਤੇ ਹਾਲਤ ਸੀ, ਇਸ ਵਕਤ ਉਹਦੇ ਦੇਖਣ ਟੈਸਟ ਉਸ ਕਰਾ ਕੇ ਅਗਰ ਸਹੀ ਹੋਈ ਤਾਂ ਇੱਥੇ ਹਮਲ ਰੈਫਰ ਦੀ ਮੂਵੀ ਨਹੀਂ ਕਰਾ। ਟਰੈਕਟਰ ਜਿਹੜਾ ਸੀ ਮਲੋਟ ਦਾ, ਇਹ ਮਲੋਟ ਨੂੰ ਜਾ ਰਿਹਾ ਸੀ ਬੱਸ, ਪੰਜਾਬ ਰੋਡ ਡੀਪੂ ਚੰਡੀਗੜ੍ਹ ਡੀਪੂ ਦੀ ਹੈ, ਇਹ ਵੀ ਅਬੋਹਰ ਤੋਂ ਜਾ ਰਹੀ ਸੀ। ਅਤੇ ਉਹ ਡਰਾਈਵਰ ਸਾਹਿਬ ਨੇ ਦੱਸਿਆ ਸੀ ਟਰਾਲੀ ਵਾਲੇ ਨੇ, ਜੋ ਜ਼ਖਮੀ ਹੈ ਵੀ ਮੈਂ ਕੋਈ ਚੀਜ਼ ਦੇਖਣ ਲੱਗ ਗਿਆ, ਉਹ ਇਸ ਤਰ੍ਹਾਂ ਕਰਕੇ ਟਰੈਕਟਰ ਡੋਲ ਗਿਆ ਅਤੇ ਬੱਸ ਕਰ ਗਿਆ। ਇਹਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ। ਆ ਸਵਾਰੀਆਂ ਸਵਸਥ ਆ, ਸਿਰਫ ਇੱਕ ਟਰੈਕਟਰ ਚਾਲਕ ਆ, ਉਹਦੇ ਇੱਕ ਨਾਲ ਦੇ ਹੋਰ, ਉਹਨਾਂ ਦੇ ਕੋਈ ਕੁਝ ਚੋਟ ਹੈ, ਬਹੁਤ ਜ਼ਿਆਦਾ ਨਹੀਂ।